क्यों असी पहुंचे हैं इस नू लैके असी तुहानू जानकारी देवांगे। पर फिलहाल देखिए तो ये जेडे कि एग्रीकल्चर डिपार्टमेंट के नाल चंडीगढ़ की जी टीम जी हैगी इस मौके पर चैकिंग के लिए पहुंची हुई हैगी, जिसे सैंपलिंग जी है सैंपल जोड़े ने वो चैक किए जा रहे हैं। प्रेस्टिसाइड जेडे कि रेहा स्प्रेह जी कि फसलों के लिए जिहड़ियां प्रेस्टिसाइड तैयार होंदियां ने उन्हां दे गोडाउन दे विच इत्थे पहुंचे ने, क्योंकि बीते दिन पंजाब दे खेतीबाड़ी मंत्री कुलदीप सिंह धारीवाल दे वल्लों जिहड़े मालवा पट्टी एरिए दे जिहड़े कई पिंड ने उन्हां दे विच जा खेतां दे विच जा के नरमे की खेती का मुआयना किया, उस दे विच चिट्टी मक्खी का हमला ते गुलाबी सुंडी का हमला जिहड़ा सीगा नरमे दे विच वेख्या गया सी, जिस नूं लैके उन्हां ने नकली पेस्टिसाइड या फिर अंडा पेस्टिसाइड दे चीजा का दवाइया का जी अज की श्री शाम जी गोडाउन फैक्ट्री है ये थोड़ा जहाँ का वेरवा दे दौ कि करते जिस तक कल साढ़े बीते कल मानयोग साढ़े खेतीबाड़ी मंत्री जी आए थे उन्होंने वालों सख्त हदायत से भी आप एक उन्होंने स्टेट लैवल जो टीम बनाई सी वो टीम साढ़े को बठिंडे पहुंची है, अगे असी डिस्ट्रिक्ट चार्टर्ड टीम बना के चैकिंग कर रहे हैं। वो चैकिंग के दौरान असी सिविंगा रोड से एक गोडाउन स्थित है वो जो मतलब डेस्टजन लाइफ साइंस का वो गोडाउन है श्री शाम जी हाँ श्री राम कंपलैक्स के स्थित है। अच्छा। उस गोडाउन की चैकिंग की गई, वो चैकिंग असी पाया कि तीन चार प्रोडक्ट जी इस कंपनी वालों खादा के प्रोडक्ट से जिन्हों की इन्होंने आपके लसेंस एडिशन नहीं करे सी, कुछ प्रोडक्ट ऐसे जिन्हों की वेचन की इन्हों परमिशन ही नहीं, उन्होंने असी जो सारा स्टॉक है वो चैक करके सारा स्टॉक की इनवेंटरी बना के जो भी वख वख साडे जिहड़ियां फर्टिलाइजर कंट्रोल आर्डर 1985 है उहदी जो धराउवां दे इन्हां ने वायलेशन की है उलंघना की है उन्हां दा बकायदा वेरवा दे के असी वो पुलिस नूं देता है भी आपदी कस्टडी विच माल लिया जाए और साडियां इह धराउवां प्लस जो पुलिस दियां धराउवां बनदियां ਉਦੇ ਤੇ ਤੁਸੀਂ ਕਾਰਵਾਈ ਕੀਤੀ ਵਾਇਲੈਂਸ ਦੇ ਰਿਸ਼ਤੇ ਦੀ ਤੁਸੀਂ ਗੱਲ ਕੀਤੀ ਹੈ ਕਿ ਵਰਤਾਰਾ ਇਹਨਾਂ ਦਾ ਤਾਂ ਬਹੁਤ ਜ਼ਿਆਦਾ ਰਿਊਡਲੀ ਰਫਲੀ ਸੀਗਾ ਇਹ ਤਾਂ ਸਾਨੂੰ ਆਪ ਨੂੰ ਇਦਾਂ ਲੱਗਦਾ ਇੱਕ ਤਾਂ ਗੁਨਾਹ ਤੇ ਉੱਤੋਂ ਫਿਰ ਇਦਾਂ ਦਾ ਵਰਤਾਰਾ ਚਲੋ ਉਹ ਇਹਨਾਂ ਜੋ ਅਸੀਂ ਜੋ ਚੈਕਿੰਗ ਕਰਨੀ ਹੈ ਸਾਡਾ ਅਸੀਂ ਇਸ ਚੀਜ਼ ਦਾ ਕੋਈ ਮਤਲਬ ਸਾਡਾ ਕੋਈ ਇਹ ਨਹੀਂ ਅਸੀਂ ਤਾਂ ਜੋ ਚੈਕਿੰਗ ਕਰਨੀ ਹੈ ਚਾਹੇ ਕੋਈ ਕੁਝ ਕਹੀ ਜਾਵੇ ਕੁਝ ਨਾ ਕਹੀ ਜਾਵੇ ਅਸੀਂ ਉਹਨਾਂ ਦੀ ਨਹੀਂ ਸੁਣਨੀ, ਅਸੀਂ ਉਹਨਾਂ ਤੋਂ ਰਿਕਾਰਡ ਪ੍ਰੋਡਿਊਸ ਕਰਾਉਣਾ ਉਹ ਅਸੀਂ ਪ੍ਰੋਡਿਊਸ ਕਰਵਾ ਹੀ ਲੈਣਾ, ਜੇ ਨਾ ਪ੍ਰੋਡਿਊਸ ਕਰਨਗੇ ਅਸੀਂ ਇਹਨਾਂ ਤੇ ਪੁਲਿਸ ਦੀ ਕਾਰਵਾਈ ਹੋਰ ਕਰ ਦਾਂਗੇ ਧਰਾਵਾ ਹੋਰ ਲੈ ਲਾਂਗੇ ਸਾਨੂੰ ਰਿਕਾਰਡ ਨਹੀਂ ਦਿਖਾ ਰਹੇ ਬਟ ਇਹ ਤਾਂ ਹੁਣ ਕੀਤਾ ਹੀ ਇਹਨਾਂ ਨੇ ਅੱਜ ਆਪਣੇ ਸਾਹਮਣੇ ਕੀਤਾ ਗਿਆ ਤੇ ਚਲੋ ਉਹ ਸਾਡੇ ਜਦੋਂ ਤੁਹਾਡੇ ਆਉਣ ਤੇ ਥੋੜਾ ਜਿਹਾ ਇਹਨਾਂ ਦੀ ਰਿਐਕਸ਼ਨ ਹੋਰ ਸੀ, ਉਸ ਤੋਂ ਪਹਿਲਾਂ ਇਹਨਾਂ ਨੇ ਰਿਕਾਰਡ ਦਿਖਾਉਣ ਵਿੱਚ ਜਾਇਜ਼ ਤੱਕ ਨਹੀਂ ਕੋਈ ਵਾਇਲੇਸ਼ਨ ਤਾਂ ਨਹੀਂ ਕੀਤੀ, ਉਹ ਸਾਨੂੰ ਰਿਕਾਰਡ ਇਹਨਾਂ ਪ੍ਰੋਪਰਲੀ ਦਿਖਾ ਦਿੱਤਾ ਜੋ ਅਸੀਂ ਮੰਗਿਆ, ਜੋ ਕਹਿ ਰਹੇ ਸੀ ਹੈ ਨਹੀਂ ਸਾਡੇ ਕੋਲ ਉਹ ਅਸੀਂ ਧਾਰਾ ਦੇ ਉਲਟ ਇਹਨਾਂ ਦੇ ਖਿਲਾਫ ਧਾਰਾ ਲਾਤੀ ਹੈ ਵੀ ਆਹ ਸਾਨੂੰ ਰਿਕਾਰਡ ਜਿਸ ਤਰ੍ਹਾਂ ਕੋਈ ਲਿਆਜ ਨਹੀਂ ਕਾਰ ਵਿੱਚ ਕੋਈ ਲਿਆਜ ਕਿਸੇ ਤਕਾਂ ਦੀ ਕੋਈ ਲਿਆਜ ਨਹੀਂ ਕਿਸੇ ਨਾਲ ਔਰ ਇਕੱਲੀ ਇਹਨਾਂ ਦੀ ਚੈਕਿੰਗ ਨਹੀਂ ਹੋ ਰਹੀ, ਅਸੀਂ ਬਠਿੰਡਾ ਦੇ ਵਿੱਚ ਸਾਡੀਆਂ ਵੱਖ ਵੱਖ ਜਿਹੜੀਆਂ ਅਸੀਂ 10 ਟੀਮਾਂ ਬਣਾਈਆਂ ਉਹ ਮੰਡੀ ਦੇ ਵਿੱਚ ਹੋਰ ਗੋਡਾਊਨ ਵੀ ਚੈੱਕ ਕਰ ਰਹੇ ਹਾਂ, ਉਹਦੀ ਜੋ ਸ਼ਾਮ ਤੱਕ ਦੀ ਜੋ ਵੀ ਕਾਰਵਾਈ ਹੋਊਗੀ ਉਹ ਅਸੀਂ ਜੋ ਉਹਦੀਆਂ ਧਰਾਵਾਂ ਦੇ ਮੁਤਾਬਕ ਕੋਈ ਉਲੰਘਣਾ ਕਰਨਗੇ ਉਹ ਅਸੀਂ ਕਾਰਵਾਈ ਕਰ ਦਿੱਤੀ ਜਾਵੇਗੀ, ਸੈਂਪਲਿੰਗ ਵੀ ਹੋਈ ਹੈ ਪੁਲਿਸ ਦੀ ਕਾਰਵਾਈ ਉਹ ਹੋਊਗੀ, ਸਾਡੇ ਜਿਹੜਾ ਫਰਟੀਲਾਈਜ਼ਰ ਕੰਟਰੋਲ ਆਰਡਰ ਦੀਆਂ ਧਰਾਵਾਂ ਦੇ ਉੱਤੇ ਜੋ ਕੋਈ ਵਾਇਲੇਸ਼ਨ ਕੀਤੀ ਹੈ ਉਹ ਹੋਊਗੀ ਔਰ ਇਹਨਾਂ ਦੀ ਜੋ ਵੀ ਕਾਰਵਾਈ ਕੀਤੀ ਗਈ ਹੈ ਇਹ ਮਾਣਯੋਗ ਮੰਤਰੀ ਜੀ ਨੂੰ ਅੱਜ ਹੀ ਉਹਦੇ ਬਾਰੇ ਦੱਸ ਦਿੱਤਾ ਜਾਵੇ। ਰਾਈਟ ਸਰ, ਜਸਵਿੰਦਰਪਾਲ ਸਿੰਘ ਗਰੇਵਾਲ ਜੁਆਇੰਟ ਡਾਇਰੈਕਟਰ ਖੇਤੀਬਾੜੀ ਪੰਜਾਬ। ਇਹ ਜਿਹੜੀ ਅੱਜ ਦੀ ਮਤਲਬ ਕਿ ਬਠਿੰਡਾ ਵਿਖੇ ਸਪੈਸ਼ਲ ਚੈਕਿੰਗ ਮਤਲਬ ਕੀਤੀ ਜਾ ਰਹੀ ਆ ਇਹ ਆਪਣੇ ਕੱਲ੍ਹ 12 ਜੁਲਾਈ ਨੂੰ ਮਤਲਬ ਆਪਣੇ ਖੇਤੀਬਾੜੀ ਮੰਤਰੀ ਸ਼੍ਰੀ ਕੁਲਦੀਪ ਸਿੰਘ ਧਾਲੀਵਾਲ ਜੀ ਵੱਲੋਂ ਉਰੇ ਨਰਮਾ ਪੱਟੀ ਦੇ ਵਿੱਚ ਮਤਲਬ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਨੂੰ ਲੈ ਕੇ ਮਤਲਬ ਮੀਟਿੰਗ ਕੀਤੀ ਗਈ ਸੀ ਅਤੇ ਫੀਲਡ ਦੇ ਵਿੱਚ ਦੌਰਾ ਵੀ ਕੀਤਾ ਗਿਆ ਸੀਗਾ। ਉੱਥੇ ਕਿਸਾਨਾਂ ਵੱਲੋਂ ਸ਼ਿਕਾਇਤਾਂ ਦੇ ਆਧਾਰ 'ਤੇ ਪਾਇਆ ਗਿਆ ਵੀ ਮਤਲਬ ਜ਼ਿਆਦਾਤਰ ਜਿਹੜੇ ਮਤਲਬ ਆਪਣੇ ਡੀਲਰ ਨੇ ਜਾਂ ਮਤਲਬ ਸਟੋਕਿਸਟ ਨੇ ਉਹ ਕਈ ਮਤਲਬ ਜਿਹੜੇ ਹੈਗੇ ਆ ਅਣਅਧਿਕਾਰਤ ਦਵਾਈਆਂ ਜਾਂ ਨਕਲੀ ਦਵਾਈਆਂ ਖਾਦਾਂ ਮਤਲਬ ਉਹ ਵੇਚ ਰਹੇ ਨੇ, ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਮਤਲਬ ਆਪਣੇ ਜਿਹੜੇ ਖੇਤੀਬਾੜੀ ਮੰਤਰੀ ਜੀ ਨੇ ਉਹਨਾਂ ਵੱਲੋਂ ਮਤਲਬ ਇੱਕ ਸਟੇਟ ਪੱਧਰੀ ਜਿਹੜੀ ਟੀਮ ਆ ਉਹ ਮਤਲਬ ਬਣਾਈ ਗਈ ਆ, ਉਹਦੇ ਤਹਿਤ ਮਤਲਬ ਅੱਜ ਜਿਹੜੀ ਕਾਰਵਾਈ ਆ ਚੈਕਿੰਗ ਆ ਜਿਹੜੀ ਉਹ ਬਠਿੰਡਾ ਵਿਖੇ ਕੀਤੀ ਗਈ ਆ। ਇਹਦੇ ਵਿੱਚ ਵੱਖੋ ਵੱਖ ਗੋਦਾਮ ਨੇ ਜਿਹੜੇ ਉਹਨਾਂ ਦੀ ਚੈਕਿੰਗ ਕੀਤੀ ਗਈ ਆ, ਉਹਨਾਂ ਦੇ ਵਿੱਚੋਂ ਇੱਕ ਡੈਟਸਨ ਲਾਈਫ ਸਾਇੰਸ ਦਾ ਗੋਦਾਮ ਆ ਜਿਹੜਾ
ਉਹਦੀ ਵੀ ਚੈਕਿੰਗ ਕੀਤੀ ਆ ਉਹਦੇ ਵਿੱਚੋਂ ਅਨਧਿਕਾਰਤ ਜਿਹੜੇ ਮਿਲਕ ਵੀ ਕੁਝ ਖਾਦਾ ਪਾਈਆਂ ਗਈਆਂ ਨੇ ਉਹਨਾਂ ਦੇ ਖਿਲਾਫ ਸੈਂਪਲ ਲੈ ਕੇ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ। ਕਿੰਨੇ ਸ਼ਖਸ ਨੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੁਣ ਕੀਤੀ ਗਈ ਹੈ? ਇਹ ਮਿਲਕ ਵੀ ਹੁਣ ਦੇਖੋ ਜੀ ਉਹਦੇ ਵਿੱਚ ਪਤਾ ਲੱਗੇਗਾ ਵੀ ਕਿੰਨੇ ਬੰਦੇ ਉਹਦੇ ਵਿੱਚ ਇੰਟੈਂਗਲ ਹੁੰਦੇ ਆ ਤੇ ਉਹਦੇ ਤਹਿਤ ਮਿਲਕ ਵੀ ਜਿਹੜੀ ਹੈਗੀ ਆ ਤੁਸੀਂ ਜਿਹੜੀ ਹੈਗੀ ਸੌਂਪਤੀ ਹੈ ਸੌਂਪਣੀ ਹੈ ਉਹ ਮਿਲਕ ਪੁਲਿਸ ਨੂੰ ਦਿੱਤੀ ਜਾ ਰਹੀ ਹੈ। ਪੁਲਿਸ ਨੂੰ ਹਜੇ ਦਿੱਤੀ ਜਾ ਰਹੀ ਹੈ ਜੀ ਜੀ। ਲਾਇਸੈਂਸ ਨਹੀਂ ਦੋਈਆਂ ਨਾ ਲਾਇਸੈਂਸ ਬਿਨਾਂ ਅਧਿਕਾਰ ਪੱਤਰ ਤੋਂ ਬਿਨਾਂ ਲਾਇਸੈਂਸ ਤੋਂ ਮਿਲਕ ਵੀ ਜਿਹੜੀ ਸੇਲ ਆ ਉਹ ਕੀਤੀ ਗਈ ਹੈ ਜਿਹੜੇ ਪ੍ਰੋਡਕਟ ਬਿਨਾਂ ਅਧਿਕਾਰ ਪੱਤਰ ਲਾਇਸੈਂਸ ਤੋਂ ਸੀਗੇ ਉਹਨਾਂ ਦੀ ਜਿਹੜੀ ਸਟਾਕ ਆ ਸੇਲ ਆ ਜਿਹੜੀ ਉਹ ਬੰਦ ਕਰ ਦਿੱਤੀ। ਸੈਂਪਲਿੰਗ ਵੀ ਲਈ ਗਈ ਹੈ ਨਾ ਜਿਹੜੀ ਸੈਂਪਲਿੰਗ ਵੀ ਲਈ ਗਈ ਹੈ ਜੀ ਮਿਲਕ ਦੇ ਵਿੱਚੋਂ ਮਿਲਕ ਵੀ ਸੈਂਪਲ ਵੀ ਫਰਮ ਦੇ ਭਰੇ ਗਏ ਨੇ ਤੇ ਬਾਕੀ ਜਿਹੜੀ ਕਾਰਵਾਈ ਆ ਉਹ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਹੈ।